ਹੈਲੋ एवरीवन ਗਿਲਜ਼ ਮੈਂਟਰ ਦੇ ਆਫੀਸ਼ੀਅਲੀ YouTube ਚੈਨਲ ਤੇ ਮੈਂ ਤੁਹਾਡਾ ਸਵਾਗਤ ਕਰ ਰਿਹਾ ਹਾਂ ਔਰ ਉਮੀਦ ਕਰ ਰਿਹਾ ਹਾਂ ਤੁਸੀਂ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੀਐਸ ਪੀਸੀਐਲ ਨੇ ਆਪਣਾ ਸ਼ਡਿਊਲ ਅਨਾਉਂਸ ਕਰ ਦਿੱਤਾ ਹੈ ਫਾਈਨਲੀ ਰਿਟਰਨ ਐਗਜ਼ਾਮ ਦੀ ਡੇਟ ਆ ਚੁੱਕੀ ਹੈ ਲੇਕਿਨ ਜਿੱਦਾਂ ਹੀ ਰਿਟਰਨ ਐਗਜ਼ਾਮ ਦੀ ਡੇਟ ਆਈ ਪਤਾ ਲੱਗਿਆ ਬਹੁਤੇ ਜਣਿਆਂ ਦੀਆਂ ਧੜਕਣਾ ਤਕ 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 ਹੋਣ ਲੱਗੀਆਂ ਇਹਦੇ ਪਿੱਛੇ ਕਾਰਨ ਵੀ ਹੈ ਕਿਉਂਕਿ ਜਦੋਂ ਅਸੀਂ ਨੋਟੀਫਿਕੇਸ਼ਨ ਆਇਆ ਸੀਗਾ ਹਾਲਾਂਕਿ ਨੋਟੀਫਿਕੇਸ਼ਨ ਆਉਣ ਤੋਂ ਪਹਿਲਾਂ ਹੀ ਗਿਲਜ਼ ਮੈਂਟਰ ਨੇ ਤੁਹਾਨੂੰ ਦੱਸਿਆ ਸੀ 5000 ਪੋਸਟਾਂ ਆ ਰਹੀਆਂ ਨੋਟੀਫਿਕੇਸ਼ਨ ਆ ਗਿਆ ਨੋਟੀਫਿਕੇਸ਼ਨ ਕੁਝ ਦਿਨ ਲਈ ਪੋਸਟਪੋਨ ਹੋਇਆ ਤੁਹਾਡੀ ਆਵਾਜ਼ ਬਣ ਕੇ ਆਵਾਜ਼ ਚੁੱਕੀ ਅਸੀਂ ਉਸ ਤੋਂ ਬਾਅਦਾਂ ਦੇ ਵਿੱਚ ਨੋਟੀਫਿਕੇਸ਼ਨ ਪ੍ਰੋਸੈਸ ਚ ਆਇਆ ਰਿਟਨ ਐਗਜ਼ਾਮੀਨੇਸ਼ਨ ਬਾਰੇ ਐਸਟੀਮੇਟ ਲਾਇਆ ਅਸੀਂ ਇਨੀ ਸੀ ਸਾਨੂੰ ਪਹਿਲਾਂ ਪਤਾ ਲੱਗ ਗਿਆ ਇਨੀਸ਼ੀਅਲੀ ਬਟ ਇਨਫੈਕਟ ਥੈਟ ਇਹ ਸੀਗਾ ਕਿ ਅਸੀਂ ਮੈਕਸਿਮਮ ਲੈ ਕੇ ਚੱਲੇ ਸੀਗੇ ਕਿ ਐਗਜ਼ਾਮ ਦੀ ਡੇਟ ਕਦੋਂ-ਕਦੋਂ ਫ੍ਰੀ ਹੋ ਸਕਦੀ ਹੈ ਕਿਉਂਕਿ ਐਗਜ਼ਾਮ ਇਹ ਆਨਲਾਈਨ ਤਾਂ ਐਸਟੀਮੇਟਡ 120 ਦਿਨ ਅਸੀਂ ਟਾਰਗੇਟ ਲੈ ਕੇ ਚੱਲੇ ਔਰ 120 ਦਿਨਾਂ ਦੇ ਵਿੱਚ ਤੁਹਾਨੂੰ ਕ੍ਰੈਸ਼ ਕੋਰਸ ਕਰਵਾਉਣਾ ਸੀਗਾ ਜਿਹਦੇ ਬਾਰੇ ਡਿਸਕਸ ਕਰਾਂਗੇ ਕਿੰਨੇ ਟਾਪਿਕਸ ਕਰਵਾਤੇ ਹੁਣ ਕੀ ਕਰਨਾ ਚਾਹੀਦਾ ਆਪਣੇ ਕੋਲ ਕੀ ਸਟਰੈਟਜੀ ਐਂਡ ਪਲੈਨਿੰਗ ਹੋਣਾ ਚਾਹੀਦਾ ਤਾਂ ਕਿ ਇਹ ਹਜ਼ਾਰ ਪੋਸਟਾਂ ਨੇ ਜੋ ਬਹੁਤ ਵੱਡੇ ਸਤਰ ਦੀਆਂ ਪੋਸਟਾਂ ਮੈਂ ਕਹਿ ਸਕਦਾ ਠੀਕ ਹੈ ਹਾਲਾਂਕਿ ਰੈਂਕ ਚ ਛੋਟੀ ਹੈ ਇੱਥੇ ਆਪਣਾ ਸਿਲੈਕਸ਼ਨ ਯਕੀਨੀ ਬਣਾ ਸਕੀਏ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਸਾਡੇ ਕੋਲ ਐਟ ਲੀਸਟ ਅੱਜ ਮੈਂ ਕਹਿ ਸਕਦਾ 9 ਤਰੀਕ ਗਈ 10 ਤਰੀਕ ਤੋਂ ਲੈ ਕੇ ਸਾਡੇ ਕੋਲੇ ਐਟ ਲੀਸਟ 21 ਤਰੀਕ ਤੱਕ ਦਾ ਟਾਈਮ ਹੈ ਔਰ ਵਿੱਚ ਤੁਹਾਡਾ ਪੀਐਸਟੈਟ ਪੇਪਰ ਵੀ ਬਹੁਤੇ ਜਣੇ ਨੇ ਵਿੱਚ ਤੁਹਾਡਾ ਐਲ ਆਈ ਸੀ ਮੇਨਸ ਇਗਜ਼ਾਮ ਵੀ ਹੈ ਵਿੱਚ ਤੁਹਾਡਾ ਚੰਡੀਗੜ੍ਹ ਐਡਮਿਨਿਸਟ੍ਰੇਟਿਵ ਇਗਜ਼ਾਮ ਵੀ ਹੈ ਸਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਬਹੁਤੇ ਸਾਰੇ ਸਵਾਲਾਂ ਦੇ ਹਾਲਾਪ ਇਥੇ ਡਿਸਕਸ ਕਰਾਂਗੇ ਅਤੇ ਤੁਹਾਨੂੰ ਮੈਂ ਬੈਸਤ ਤਰੀਕਾ ਦੱਸਾਂਗਾ ਸਟੱਡੀ ਮਟੀਰੀਅਲ ਕਿੱਦਾਂ ਮਿਲ ਸਕਦਾ ਕਿੱਦਾਂ ਨਹੀਂ ਮਿਲ ਸਕਦਾ ਦੱਸਣਾ ਚਾਹਾਂਗਾ ਕਿ ਜਿੰਨੇ ਵੀ ਸ਼ੁਭਚਿੰਤਕ ਪਾਰਟਿਕੂਲਰ ਪਰੇਸ਼ਾਨ ਹੋ ਰਹੇ ਬਿਲਕੁਲ ਵੀ ਪਰੇਸ਼ਾਨ ਨਹੀਂ ਹੋਣਾ ਤੁਹਾਡਾ ਸਹਾਰਾ ਗਿਲਜ਼ ਮੈਂਟਰ ਟੀਮ ਬਣੇਗੀ ਅਸੀਂ ਤੁਹਾਨੂੰ ਪੂਰੀ ਹੈਲਪ ਕਰਾਂਗੇ ਇਸ ਪਾਰਟिकुलर ਐਗਜ਼ਾਮ ਦੇ ਪਿਉ ਪੁਆਇੰਟ ਆਫ ਓ ਨਾਲ ਸਭ ਤੋਂ ਪਹਿਲਾਂ ਡਿਸਕ੍ਰਿਪਸ਼ਨ ਬਾਕਸ ਤੁਹਾਨੂੰ ਪੀਐਸ ਪੀਸੀ ਲਈ ਅਨਲਿमिटेड ਮੈਂ ਕਹਿ ਸਕਦਾ ਮੌਕ ਟੈਸਟ ਅਵੇਲੇਬਲ ਕਰਵਾਏ ਜਾ ਰਹੇ ਨੇ ਹੁਣ ਸਸੀ ਕੁਝ ਵੀ ਨਹੀਂ ਸੋਚਨਾ ਕਿੰਤੂ ਪਰੰਤੂ ਆਪਣੇ ਮੌਕ ਟੈਸਟ ਲਾਓ ਸਪੀਡ ਬਣਾਓ ਔਰ ਮੈਕਸਿਮਮ ਟੂ ਮੈਕਸਿਮਮ ਆਪਣੇ ਗਰੋਥ ਕਰੋ ਠੀਕ ਹੈ ਜਿਹਦੀ ਜਾਣਕਾਰੀ ਤੁਹਾਨੂੰ ਦੇ ਦਿੱਤੀ ਗਈ ਹੈ ਔਰ ਇਹਦੇ ਤੋਂ ਦੱਸਣਾ ਚਾਹੁੰਦਾ ਕਿ ਕਿਸੇ ਵੀ ਸਟੂਡੈਂਟ ਨੂੰ ਅਗਰ ਇਨਾ ਮੌਕ ਟੈਸਟ ਦੇ ਸਬੰਧ ਵਿੱਚ ਕੋਈ ਵੀ ਇਸ਼ੂ ਪ੍ਰੋਬਲਮ ਹੈ ਤਾਂ ਉਹ ਸਟੂਡੈਂਟ ਯਾਦ ਰੱਖ ਲਵੇ ਕੀ ਰਾਈਟ 8 ਵਜੇ ਤੋਂ ਲੈ ਕੇ 9 ਵਜੇ ਤੱਕ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਕਰ ਸਕਦਾ ਹੈ ਸਾਨੂੰ ਮੇਲ ਕਰ ਸਕਦਾ ਹੈ ਵਟਸਐਪ ਕਰ ਸਕਦਾ ਹੈ ਔਰ ਅਗਰ 8 ਵਜੇ ਤੋਂ 9 ਵਜੇ ਤੋਂ ਬਾਅਦ ਕਰਦੇ ਹੋ ਤਾਂ ਤੁਸੀਂ ਵੀ ਸਮਝ ਸਕਦੇ ਹੋ ਕਿ ਅਸੀਂ ਵੀ ਆਖਰ ਰੈਸਟ ਕਰਨਾ ਹੁੰਦਾ ਹੈ ਠੀਕ ਹੈ ਤਾਂ ਤੁਹਾਨੂੰ ਇਹ ਪੂਰਾ ਟਾਈਮ ਦਿੱਤਾ ਹੈ ਤੁਸੀਂ ਨਿਸ਼ਚਿਤ ਤੌਰ ਤੇ ਆਪਣੀ ਕੋਈ ਵੀ ਸਮੱਸਿਆ ਹੈ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ ਸਾਡੀ ਟੀਮ ਪੂਰੀ ਹੈਲਪ ਕਰੇਗੀ ਤੁਹਾਡੀ ਮਦਦ ਕੀਤੀ ਜਾਵੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਟ੍ਰੈਟਜੀ ਤੇ ਪਲੈਨਿੰਗ ਔਰ ਪਾਰਟਿਕੂਲਰ ਸਿਲੇਬਸ ਬਾਰੇ ਕੀ ਕੀ ਹੋ ਸਕਦਾ ਹੈ सब तो पहला आप नज़र पाने सिलेबस जो असी करवाया है। देखो कोडिंग डिकोडिंग करवा चुके हैं सीरीज भी करवाती एनालॉजी भी हो गया ब्लड रिलेशन हो गया डिस्टेंस हो गया एंड सिटिंग पजल सिटिंग पजल करवा चुके हैं मैं ठीक है मैथ्स सिंप्लीफिकेशन हो गया प्रॉफिट एंड लॉस एच सिंपल इंटरेस्ट कंपाउंड इंटरेस्ट रेशियो टाइम एंड ट्रेन देखो ट्रेन के क्वेश्चन कुछ साढ़े पेंडिंग है जो कि अज परीकूलर असी कोशिश करा ठीक है ਯਾਦ ਰੱਖਿਓ ਤੁਸੀਂ 9 ਵਜੇ ਤੋਂ ਬਾਅਦ 9 ਵਜੇ ਤੋਂ ਬਾਅਦ ਇੱਕ ਸੈਸ਼ਨ ਹੋਏਗਾ ਠੀਕ ਹੈ ਅੱਜ ਔਰ ਇਸ ਸੈਸ਼ਨ ਦੇ ਵਿੱਚ ਅਸੀਂ ਅੱਜ ਟ੍ਰੇਨ ਔਰ ਡਿਸਟੈਂਸ ਦੇ ਸੰਬੰਧਿਤ ਲਗਭਗ ਸਾਰੇ ਕੁਐਸਚਨਸ ਡਿਸਕਸ ਕਰਾਂਗੇ ਔਰ ਮੈਂ ਤੁਹਾਨੂੰ ਫਾਈਨਲੀ ਇਹਨਾਂ ਕਹਾਂਗਾ ਕਿ ਤੁਸੀਂ ਐਗਜ਼ਾਮ ਦੋਗੇ ਔਰ ਐਗਜ਼ਾਮ ਤੋਂ ਬਾਅਦ ਬਹੁਤ ਸਾਰੇ ਕੁਐਸਚਨਸ ਇਹ ਚੀਜ਼ ਦੇਖੋਗੇ ਕਿ ਤੁਹਾਨੂੰ ਐਗਜ਼ਾਮ ਦੇ ਵਿੱਚ ਹੂ 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 ਸੇਮ ਟੂ ਸੇਮ ਦੇਖਣ ਨੂੰ ਜ਼ਰੂਰ ਮਿਲਣਗੇ ਆਪਣੀ ਤਿਆਰੀ ਖਾਸ ਤੌਰ ਤੇ ਇੱਥੇ ਪ ਤਿੰਨ ਕੈਟਾਗਰੀ ਬਣਾਉਣੇ ਕੈਟਾਗਰੀ ਫਰਸਟ ਜਿਹੜੇ ਸਟੂਡੈਂਟ ਸੀਰੀਅਸ ਸਟੂਡੈਂਟ ਸੀਗੇ ਜਿਨ੍ਹਾਂ ਨੂੰ ਬਾਰ-ਬਾਰ ਮੈਂ ਇਹੀ ਗੱਲ ਸਾਡੀ ਸਟਾਫ ਟੀਮ ਇਹੀ ਕਹਿੰਦੀ ਰਹੀ ਪੜ ਲਓ ਪੜ ਲਓ ਪੜ ਲਓ ਤੁਹਾਨੂੰ ਫ੍ਰੀ ਪੜਾਇਆ ਜਾ ਰਿਹਾ ਠੀਕ ਹੈ ਤੁਸੀਂ ਮੱਥੇ ਤੇ ਹੱਥ ਮਾਰੋਗੇ ਇਗਜ਼ਾਮ ਦੀ ਡੇਟ ਅਚਾਨਕ ਆਉਣੀ ਹੈ ਔਰ ਅਚਾਨਕੇ ਇਦਾਂ ਹੋਣੀ ਹੈ ਹੁਣ ਤੁਹਾਡੇ ਤੁਸੀਂ ਫਸ ਜਾਓਗੇ ਔਰ ਇਹੀ ਚੀਜ਼ ਸਾਡੇ ਸਾਹਮਣੇ ਆ ਚੁੱਕੀ ਬਹੁਤੇ ਸਟੂਡੈਂਟਸ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹੈ ਸ਼ੌਕ ਹੋਗੇ ਕਿ ਹਾਂ ਇੱਕੋ ਦਾਮਾ ਕੀ ਹੋ ਗਿਆ ਰਾਈਟ ਦੇਖੋ ਸੀਰੀਅਸ ਸਟੂਡੈਂਟ ਹੈ ਸੀਰੀਅਸ ਸਟੂਡੈਂਟ ਨੇ ਕੀ ਕਰ ਕੀ ਕਰਨਾ ਤੁਸੀਂ ਰਿਵੀਜ਼ਨ ਕਰਨਾ ਹੈ ਮੇਰੇ ਦੋਸਤੋ ਹੋਰ ਕੁਝ ਨਹੀਂ ਕਰਨਾ ਨਵਾਂ ਕੁਝ ਨਹੀਂ ਪੜ੍ਹਨਾ ਕੋਈ ਬੁੱਕ ਨਹੀਂ ਪਰਚੇਜ਼ ਕਰਨੀ ਕੁਝ ਵੀ ਨਹੀਂ ਕਰਨਾ ਸਿਰਫ ਕਰੰਟ ਤੇ ਸਟੇਟਸ ਕਰਕੇ ਡੇਲੀ ਸਵੇਰੇ 7:00 ਵਜੇ ਕਲਾਸ ਹੁੰਦੀ ਹੈ ਉਹਨੂੰ ਪੜੋ 2-3 ਘੰਟਿਆਂ ਬਾਅਦ ਤੁਹਾਨੂੰ PDF ਉਹਦੇ ਕਮੈਂਟ ਬਾਕਸ 'ਚ ਮਿਲ ਜੇਗਾ ਡਾਊਨਲੋਡ ਕਰੋ ਔਰ ਰਿਵੀਜ਼ਨ ਕਰੋ ਠੀਕ ਹੈ ਇਸ ਤੋਂ ਬਾਅਦ ਨੰਬਰ 2 ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ ਉਹ ਸਟੂਡੈਂਟ ਕਿ ਜਿਹੜੇ ਕਮ ਸੇ ਕਮ ਕਿਤੇ ਨਾ ਕਿਤੇ ਜੌਬ ਕਰਦੇ ਔਰ ਆਪਣਾ ਟਾਈਮ ਬੇਸ਼ਕੀਮਤੀ ਟਾਈਮ ਜਾਂ ਤਾਂ ਮਾਰਨਿੰਗ ਜਾਂ ਇਵਨਿੰਗ ਉਹ ਪੜ੍ਹਦੇ ਨੇ ਠੀਕ ਹੈ ਤਾਂ ਤੁਹਾਡੇ ਲਈ ਕੀ ਚੀਜ਼ ਹੈ ਤੁਸੀਂ ਡੈਫੀਨੇਟਲੀ ਕਨਸੈਪਟ ਨੂੰ ਰਿਵੀਜ਼ਨ ਕਰੋ ਅਤੇ ਜੋ ਵੀ ਤੁਹਾਡਾ ਪੈਂਡਿੰਗ ਹੈ ਔਰ ਉਸ ਲਈ ਤੁਸੀਂ ਕੀ ਕਰੋ ਕਮ ਸੇ ਕਮ ਤੁਸੀਂ 4 ਤੋਂ 5 ਘੰਟੇ ਐਕਸਟਰਾ ਮੈਨੇਜ ਕਰਕੇ ਆਪਣਾ ਉਸ ਕਨਸੈਪਟ ਜੋ ਰਹਿੰਦਾ ਆ ਉਸ ਨੂੰ ਕਵਰ ਕਰੋ ਠੀਕ ਹੈ ਇਸ ਤੋਂ ਬਾਅਦ ਤੀਜੇ ਤਰੀਕੇ ਦੇ ਉਹ ਸਟੂਡੈਂਟ ਹੈ ਜਿਨ੍ਹਾਂ ਨੇ ਫਾਰਮ ਭਰਤਾ ਔਰ ਭੁੱਲ ਗਏ ਹਾਂ ਯਾਰ ਪੇਪਰ ਤਾਂ ਹੋਣਾ ਨਹੀਂ ਇਹ ਤਾਂ ਫੀਸ ਇਕੱਠੀ ਕਰੀ ਜਾਂਦੇ ਆ ਕਿਉਂਕਿ ਬਹੁਤੇ ਬੱਚੇ ਇਦਾਂ ਕਮੈਂਟ ਬਾਕਸ 'ਚ ਲਿਖਦੇ ਸੀ ਕਿਉਂਕਿ ਉਹੀ ਬੱਚੇ ਹੁੰਦੇ ਜਿਹੜੇ ਪੜ੍ਹਦੇ ਨਹੀਂ ਕਿਉਂ ਕਹਿੰਦੇ ਕਿ ਅੱਜ ਦੇ ਕੰਮ ਅੱਜ ਦੇ ਟਾਈਮ 'ਚ ਦੋ ਚੀਜ਼ਾਂ ਬਹੁਤ ਸੌ ਇੱਕ ਤਾਂ ਕਿਸੇ ਨੂੰ ਫਰੀ ਚ ਗਿਆਨ ਸਲਾਹ ਦੇ ਦੋ ਗਿਆਨ ਵੰਡ ਦੋ ਦੂਜਾ ਕਿਸੇ ਦੇ ਬਾਰੇ ਤੁਲਨਾ ਕਰ ਦੋ ਗੱਲ ਕਰ ਦੋ ਬਹੁਤ ਸਾਰੇ ਸਟੂਡੈਂਟ ਸਾਨੂੰ ਕਹਿ ਦਿੰਦੇ ਨੇ ਕਿ ਗਿਲਜ਼ ਮੈਂਟਰ ਵਾਲੇ ਤੇ ਇਦਾਂ ਹੀ ਕਰੀ ਜਾਂਦੇ ਦੇਖੋ ਤੁਹਾਡੇ ਕਹਿਣਾ ਸਾਡੀ ਸਿਹਤ ਤੇ ਕੋਈ ਅਸਰ ਨਹੀਂ ਪੈਣਾ ਸਾਡਾ ਮਿਸ਼ਨ ਹੈ ਅਸੀਂ ਕੰਮ ਕਰ ਰਹੇ ਹਾਂ ਤੁਸੀਂ ਤੁਹਾਡਾ ਕੰਮ ਕਰੋ ਠੀਕ ਹੈ ਤਾਂ ਸੀਰੀਅਸ ਸਟੂਡੈਂਟ ਹੈ ਤਾਂ ਉਹ ਸਟੂਡੈਂਟਸ ਕੀ ਕਰਨਗੇ ਉਹਨਾਂ ਦੇ ਕੋਲੇ ਮੈਂ ਕਹਿ ਸਕਦਾ ਕਿ ਹਜੇ ਵੀ ਚਾਂਸ ਹੈ ਕਿ ਐਟ ਲੀਸਟ ਤੁਸੀਂ ਕਮ ਸੇ ਕਮ ਪੂਰੇ ਮੈਂ ਕਹਿ ਸਕਦਾ ਕਿ 9 ਤੋਂ ਲੈ ਕੇ 15 ਘੰਟੇ ਤੁਸੀਂ ਸਟੱਡੀ ਕਰੋਗੇ ਜੋ ਵੀ ਕੰਮ ਤੰਦਾ ਛੱਡ ਦੋ ਛੁੱਟੀਆਂ ਲੈ ਲਓ 15 ਦਿਨਾਂ ਚ ਕੋਈ ਫਰਕ ਨਹੀਂ ਪੈਂਦਾ ਔਰ ਇਹ ਤਿਆਰੀ ਤੁਹਾਡੀ ਲਾਸਟ ਸਟੇਜ ਤੇ ਬਹੁਤ ਇੰਪੋਰਟੈਂਟ ਹੋਏਗੀ ਕਿਉਂਕਿ ਮੇਰੀ ਕੋਈ ਭਵਿੱਖਬਾਣੀ ਨਹੀਂ ਹੈ ਲੇਕਿਨ ਐਕਸਪੈਕਟਿਡ ਮੈਂ ਕਹਿ ਸਕਦਾ ਐ ਇਸ ਚੀਜ਼ ਦਾ ਮੈਂ ਐਸਟੀਮੇਟ ਕਹਿ ਸਕਦਾ ਜਿਹੜਾ ਕੈਂਡੀਡੇਟ ਜਿਹੜਾ ਕੈਂਡੀਡੇਟ ਐਕੂਰੇਟ ਐਕੂਰੇਟ 63 ਨੰਬਰ ਲੈ ਕੇ ਆ ਰਿਹਾ ਐ ਐਕੂਰੇਟ 63 ਨੰਬਰ ਲੈ ਕੇ ਆ ਰਿਹਾ ਮਤਲਬ ਮੈਂ ਕਹਿ ਸਕਦਾ 60 ਔਰ 63 ਲੈ ਕੇ ਆ ਰਿਹਾ ਥੋੜਾ ਸਿਲੈਕਸ਼ਨ ਮੈਂ ਕਹਿ ਸਕਦਾ ਇੱਥੇ ਹੋ ਸਕਦਾ ਹੈ ਕੀ ਹੋ ਸਕਦਾ ਹੈ ਹੋ ਸਕਦਾ ਹੈ ਬਟ ਤੁਹਾਡਾ ਪ੍ਰਯਾਸ ਹੋਣਾ ਚਾਹੀਦਾ ਹੈ +70 ਲੇਕਿਨ ਮੈਂ ਤੁਹਾਨੂੰ ਇਦਾਂ ਨਹੀਂ ਕਹਿ ਰਿਹਾ ਕਿ ਤੁਹਾਡਾ ਸਿਲੈਕਸ਼ਨ ਇੰਨਾ ਸਕੋਰ ਲਿਆਓ ਤੁਹਾਡਾ ਹੋ ਗਿਆ ਡਨ ਹੈ ਇਹ ਸਾਡਾ ਮੰਨਣਾ ਹੈ ਇਦਾਂ ਤਾਂਕਿ ਤੁਸੀਂ ਇੱਕ ਆਪਣਾ ਟਾਰਗੇਟ ਬਣਾ ਕੇ ਕੰਮ ਕਰੋ ਰਾਈਟ ਰਾਈਟ ਇਸ ਜਿਆ ਬੈਸ ਤਰੀਕੇ ਹੁਣ ਦੇਖੋ ਦੂਜਾ ਤਰੀਕਾ ਆਪਾਂ ਡਿਸਕਸ ਕਰਦੇ ਹਾਂ ਕਿ ਐਗਜ਼ਾਮ ਕਿਹੜੇ ਕਿਹੜੇ ਕੈਂਡੀਡੇਟ ਕਿੱਥੇ ਕਿੱਥੇ ਦੇਣ ਦੇਖੋ ਤੁਹਾਡੇ ਕੋਲੇ ਪੀਐਸਟੈਟ ਦਾ ਹੈ ਪੀਐਸਟੈਟ ਦਾ ਜਿਨ੍ਹਾਂ ਦਾ ਪੇਪਰ 22 ਤਰੀਕ ਨੂੰ ਹੈ ਤੁਸੀਂ 22 ਨੂੰ ਕੰਪਲੀਟ ਕਰੋਗੇ ਚੰਡੀਗੜ੍ਹ ਵਾਲੇ ਪੇਪਰ ਦੇ ਵਿੱਚ ਕਲੈਸ਼ ਹੁੰਦਾ ਤਾਂ ਆਪਣਾ ਪੀਐਸਟੈਟ ਚੂਜ਼ ਕਰੋ ਇਨਫੈਕਟ ਕਲਰਕ ਦਾ ਐਗਜ਼ਾਮ ਤਾਂ ਤੁਹਾਡੇ ਕੋਲੇ ਵੀ ਆਪਸ਼ਨ ਆ ਜਾਣਾ ਕਿਉਂਕਿ 23 ਤਰੀਕ ਤੋਂ ਲਗਭਗ ਤੁਹਾਡੇ 18 ਤਰੀਕ ਦੇ ਸਮਥਿੰਗ ਐਡਮਿਟ ਕਾਰਡ ਆ ਜਾਣਗੇ 18 ਤੋਂ ਪਤਾ ਲੱਗ ਜਾਏਗਾ ਕਿ 23 ਤਰੀਕ ਵਾਲੇ ਦਾ 18 ਤਰੀਕ ਨੂੰ ਆ ਜਾਣਾ 19 ਤਰੀਕ ਨੂੰ ਇਦਾਂ ਇਦਾਂ ਮਤਲਬ 72 ਘੰਟੇ ਪਹਿਲਾਂ ਤੁਹਾਨੂੰ ਇਨਫਾਰਮੇਸ਼ਨ ਇਹਦੀ ਮਿਲ ਜਾਣੀ ਹੈ ਠੀਕ ਹੈ ਵੀ ਤੁਹਾਡਾ ਸੈਂਟਰ ਕਿੱਥੇ ਆ ਤੇ ਤੁਹਾਡਾ ਐਗਜ਼ਾਮ ਕਿਹਦਾ ਕਿਹਦਾ ਹੈਗਾ ਕਿ ਕਿਹਦਾ ਕਿਹਦਾ ਹੈ ਨਹੀਂ ਇਹ ਵੀ ਚੀਜ਼ ਕਲੀਅਰ ਹੋ ਜਾਣੀ ਹੈ ਠੀਕ ਹੈ ਦੋਸਤੋ 23 ਅਤੇ 24 ਤਰੀਕ ਨੂੰ ਐ ਔਰ ਉਹਨਾਂ ਸਟੂਡੈਂਟ ਜਿਨ੍ਹਾਂ ਜਿਨ੍ਹਾਂ ਦਾ ਐਗਜ਼ਾਮ ਹੈ 3 ਅਤੇ 4 ਨੂੰ ਜਨਵਰੀ ਨੂੰ ਤਾਂ ਉਹਨਾਂ ਕੋਲੇ ਐਟ ਲਿਸਟ ਮੈਂ ਕਹਿ ਸਕਦਾ ਕਿ 20 ਦਿਨ ਬਚਣਗੇ ਉਹਨਾਂ ਕੋਲੇ ਐਕਸਟਰਾ ਉਹਨਾਂ ਕੋਲੇ ਐਕਸਟਰਾ 20 22 ਦਿਨ ਬਣਨ ਲਗੇ ਉਹਨਾਂ ਬੱਚਿਆਂ ਲਈ ਵੀ ਫਾਇਦਾ ਹੋਏਗਾ ਬਟ ਹੁਣ ਆਪਾਂ ਇੱਥੇ ਚੀਜ਼ ਦੇਖਦੇ ਹਾਂ ਕਿ LIC ਮੇਨਸ ਦਾ ਐਗਜ਼ਾਮ ਹੈ ਦੇਖੋ ਤੁਸੀਂ ਮੇਨਸ ਐਗਜ਼ਾਮ ਦਿਓ ਪ੍ਰੀਲੀਮਸ ਤੁਸੀਂ ਆਲਰੇਡੀ ਕੁਆਲੀਫਾਈ ਕਰ ਲਿਆ ਜਿਹੜੇ ਫਰੈਸ਼ਰ ਕੈਂਡੀਡੇਟ ਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਐਗਜ਼ਾਮ ਅਤੇ ਤੁਰੰਤ ਅਗਲੇ ਦਿਨ ਐਗਜ਼ਾਮ ਉਹਨਾਂ ਦਾ ਨੈਕਸਟ ਹੈ ਤੁਹਾਡੇ ਬਹੁਤ ਇੰਪੋਰਟੈਂਟ ਦੋ ਕ੍ਰੂਸ਼ਲ ਐਗਜ਼ਾਮ ਹੈ ਇਗਜ਼ਾਮ ਕੋਈ ਟਫ ਨਹੀਂ ਹੋਣਗੇ ਮੁਸ਼ਕਲ ਨਹੀਂ ਹੋਣਗੇ ਬਟ ਮੁਸ਼ਕਲ ਅਸੀਂ ਬਣਾ ਲਾਂਗੇ ਜਿੱਦਾਂ ਤੁਸੀਂ ਗੱਲ ਨੂੰ ਐਸੈਸਰੇਟ ਕਰੋਗੇ ਬਾਰ-ਬਾਰ ਸੋਚੋਗੇ ਕਲਪਨਾ ਕਰੋਗੇ ਇਹੋ ਜਿਹਾ ਕੁਝ ਨਹੀਂ ਕਰਨਾ ਦਿਨ ਰਾਤ ਇੱਕ ਕਰ ਦੋ ਹੋਰ ਕੁਝ ਨਹੀਂ ਕਰਨਾ ਸਟੱਡੀ ਮਟੀਰੀਅਲ ਤੁਹਾਡੇ ਕੋਲੇ ਆਲਰੇਡੀ ਬਹੁਤ ਹੈ ਬਾਕੀ ਸਾਡੀ ਤਰਫੋਂ ਵੀ ਬਹੁਤ ਕੋਸ਼ਿਸ਼ ਕਰਕੇ ਤੁਹਾਨੂੰ ਅਵੇਲੇਬਲ ਕਰਵਾਇਆ ਜਾ ਰਿਹਾ ਹੈ ਠੀਕ ਹੈ ਕੰਪਿਊਟਰ ਦੇ ਸਬੰਧਿਤ ਅਸੀਂ ਮਟੀਰੀਅਲ ਐਡ ਕਰ ਰਹੇ ਹਾਂ ਅੱਜ ਇਨੀਸ਼ੀਅਲੀ ਐਡ ਕਰ ਦਾਂਗੇ ਜਿੰਨਾ ਵੀ ਪੈਂਡਿੰਗ ਹੈ ਠੀਕ ਹੈ ਜੀਕੇ ਦੇ ਸਬੰਧਿਤ ਹੈ ਕਰੰਟ ਅਫੇਅਰ ਦੇ ਸਬੰਧਿਤ magazines ਹੈ ਰੈਗੂਲਰ ਜਿੰਨਾ ਵੀ ਹੋ ਸਕਦਾ ਅਸੀਂ ਐਡ ਕਰ ਦਾਂਗੇ ਔਰ till 15 ਤਰੀਕ ਤੱਕ ਅਸੀਂ ਕੰਪਲੀਟਲੀ ਐਡ ਕਰ ਦਾਂਗੇ ਤਾਂ ਕਿ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸ਼ਿਕਾਇਤ ਨਹੀਂ ਹੋਏਗੀ ਠੀਕ ਹੈ ਇਸ ਤੋਂ ਬਾਅਦ ਹੁਣ ਦੇਖੋ ਸਿਲੇਬਸ ਦੇ ਵਿੱਚੋਂ ਡਿਸਕਸ ਕਰ ਰਹੇ ਸੀਗੇ ਮੈਥਮੈਟਿਕਸ ਦਾ ਇੰਗਲਿਸ਼ ਦੀ ਗੱਲ ਕਰਦੇ ਹਾਂ ਪੇਪਰ ਦੇ ਵਿੱਚ ਕੀ ਕੀ ਆਏਗਾ ਦੇਖੋ ਸਿਨੋਨਿਮ ਔਰ ਐਂਟੋਨਿਮ 100% ਆਉਣਗੇ ਫিলার ਆਏਗਾ 100% ਠੀਕ ਹੈ ਉਸ ਤੋਂ ਬਾਅਦ ਆਏਗਾ ਤੁਹਾਨੂੰ ਮੈਂ ਦੱਸ ਦਿੰਦਾ ਪੈਸਿਵ ਵਾਇਸ ਪੇਪਰ 'ਚ ਆਉਣੇ ਆਉਣੇ ਆ ਇਹ ਵੀ ਨੋਟ ਕਰ ਲੋ ਪੈਸਿਵ ਵਾਇਸ ਵੀ ਪੇਪਰ 'ਚ ਆਉਣਗੇ ਆਉਣਗੇ ਠੀਕ ਹੈ ਉਸ ਤੋਂ ਬਾਅਦ ਆਉਣਗੇ ਨਰੇਸ਼ਨ ਡਾਇਰੈਕਟ ਇਨਡਾਇਰੈਕਟ ਦੇ ਵਿੱਚ ਚੂਜ਼ கரੈਕਟ ਠੀਕ ਹੈ ਇਹ ਆਏਗਾ ਚੂਜ਼ கரੈਕਟ ਦੇ ਵਿੱਚ ਆਪਾਂ ਨੂੰ 에ਰਰ ਵੀ ਆ ਸਕਦਾ ਹੈ ਔਰ ਮੈਂ ਜਿੱਥੇ ਤੁਹਾਨੂੰ ਇੱਕ ਤਾਂ ਦੇਖੋ ਮਾਡਲਸ ਦੀ ਗੱਲ ਕਰਦੇ ਆ ਅਤੇ ਜੋ ਟੈਂਸ ਦੀ ਗੱਲ ਕਰਦੇ ਆ ਇਹ ਤੁਹਾਨੂੰ 에ਰਰਸ 'ਚ ਵੀ ਪੁੱਛ ਸਕਦਾ ਹੈ ਅਤੇ ਤੁਹਾਨੂੰ ਕੀ ਪੁੱਛ ਸਕਦਾ ਵਾ ਇਹ ਫਿਲ ਇਨ ਦਾ ਬਲੈਂਕ 'ਚ ਵੀ ਪੁੱਛ ਸਕਦਾ ਦੋਨੋਂ 'ਚ ਅਲਟਰਨੇਟ ਪੁੱਛ ਸਕਦਾ ਹੈ ਠੀਕ ਹੈ ਰੀਡਿੰਗ ਕੰਪ੍ਰਹੈਂਸ਼ਨ ਆਉਣ ਦੇ ਬਹੁਤ ਹੀ ਘੱਟ ਚਾਂਸਸ ਹੈ ਬਟ ਦੇਖੋ ਪੇਪਰ ਅਸੀਂ ਫਰੇਮ ਨਹੀਂ ਕਰਨਾ ਆਪਾਂ ਇੱਕ ਆਈਡੀਆ ਲੈ ਕੇ ਚੱਲ ਸਕਦੇ ਹਾਂ ਕਿਥੋਂ ਆਏਗਾ ਠੀਕ ਹੈ ਤੁਸੀਂ ਰਿਵੀਜ਼ਨ ਦੇ ਬੇਸ ਤੇ ਆਪਣੀ ਪ੍ਰੈਕਟਿਸ ਕਰਨੀ ਹੈ ਡੇਲੀ ਕਰੰਟ ਅਫੇਅਰ ਡੇਲੀ ਡਿਸਕਸ ਕਰਨਾ ਹੈ ਤੁਸੀਂ ਕਰੰਟ ਅਫੇਅਰ ਦੀ ਕਲਾਸ ਵੇਲੇ 7:00 ਵਜੇ ਹੈ ਜਿਹਦੇ ਸਟੱਡੀ ਮਟੀਰੀਅਲ ਰੈਗੂਲਰ ਪ੍ਰੋਵਾਈਡ ਕਰਵਾਇਆ ਜਾ ਰਹੇ ਨੇ ਜੀਕੇ ਦੇ ਅਸੀਂ ਆਲਮੋਸਟ ਲਗਭਗ ਮੈਂ ਕਹਿ ਸਕਦੇ ਹਾਂ 2500 ਤੋਂ 3000 ਕੁਐਸਚਨ ਕਰਵਾ ਚੁੱਕੇ ਹਾਂ ਜਦੀ ਪਲੇਲਿਸਟ ਤੁਹਾਨੂੰ ਨੀਚੇ ਦੇ ਦਿੱਤੀ ਗਈ ਹੈ करंसीज भी है इंपॉर्टेंट प्लेसेस है बैंकिंग अवेयरनेस नहीं आएगा अवार्ड्स आएगा ठीक है बुक्स एंड ऑथर बारे कंप्लीट करवा चुके हैं थोड़ी कोई भी कंसैप्ट यह नहीं है कि जो नहीं आएगा ठीक है एंटोनिम सिनोनिम सेक्शन करवा चुके हैं फिलिंग इन द ब्लैंक करा चुके हैं मॉडल्स हो गए हैं ठीक है और हालांकि इंग्लिश का सैशन घट हुए बट जिन्हें साढ़े तो होई की है साइड तरफों बेस्ट है राइट हूँ देखो ये जो पेपर का स्ट्रक्चर है ਪੀਪਰ ਦਾ ਸਟਰਕਚਰ ਹੈ ਕਿ ਆਪਣੇ ਕੋਲ ਏ ਫਰੇਮ ਹੋਣਾ ਹੈ 20 ਨੰਬਰਾਂ ਦਾ 10 ਨੰਬਰਾਂ ਦਾ ਕੰਪਿਊਟਰ ਹੈ ਰੀਜ਼ਨਿੰਗ ਹੈ ਇਥੇ ਮੈਥ ਹੈ ਮੇਰੇ ਪਿਆਰੇ ਦੋਸਤੋ ਅਗਰ ਇਹਨਾਂ ਦੋਨਾਂ ਦੇ ਵਿੱਚੋਂ ਤੁਸੀਂ ਘੱਟੋ-ਘੱਟ ਅਗਰ ਜੇ ਤੁਸੀਂ 45 ਨੰਬਰ ਲੈ ਕੇ ਆ ਰਹੇ ਹੋ ਕਿੰਨੇ ਨੰਬਰ ਲੈ ਕੇ ਆ ਰਹੇ ਹੋ 45 ਔਰ ਇੰਗਲਿਸ਼ ਦੇ ਵਿੱਚੋਂ ਤੁਸੀਂ 네ਗੇਟਿਵ ਮਾਰਕਿੰਗ ਕੱਟ ਕੇ ਜੇ ਮੈਂ ਕਹਿ ਸਕਦਾ 12 ਨੰਬਰ ਵੀ ਲੈ ਕੇ ਆ ਰਹੇ ਹੋ ਤੁਹਾਡੇ 57 ਬਣਗੇ 57 ਬਣਗੇ ਤਾਂ ਤੁਸੀਂ ਸਟੈਟ ਔਰ ਕਰੰਟ ਦੇ ਵਿੱਚੋਂ ਮੈਕਸਿਮਮ ਟੂ ਮੈਕਸਿਮਮ 12 ਤੋਂ ਲੈ ਕੇ 14 ਨੰਬਰ ਤੁਸੀਂ ਘੱਟੋ-ਘੱਟ ਲੈ ਸਕਦੇ ਹੋ ਜੇ ਤੁਸੀਂ 12 ਨੰਬਰ ਇੱਥੇ ਲਾਉਂਗੇ ਤੁਹਾਡੇ ਕੋਲੇ ਕਿੰਨੇ ਬਣਨਗੇ 69 ਔਰ ਤੁਸੀਂ ਕੰਪਿਊਟਰ ਦੇ ਵਿੱਚ ਜਿਆਦਾ ਨਹੀਂ ਤਾਂ 8 ਨੰਬਰ ਆਰਾਮ ਨਾਲ ਮੰਨ ਲਓ ਤੁਸੀਂ ਲਗਭਗ ਮੈਂ ਐਵਰੇਜ ਸਟੂਡੈਂਟ ਦਾ ਸਕੋਰ ਦੱਸਾਂ ਤਾਂ 76 77 ਸਕੋਰ ਤੁਹਾਡੇ ਕੋਲ इजीली ਬਣ ਰਿਹਾ ਵਾ ਠੀਕ ਹੈ ਤਾਂ ਮੇਰੀ ਇੱਕ ਗੱਲ ਯਾਦ ਰੱਖੋ ਲਗਭਗ 70 ਮਤਲਬ ਤੁਹਾਡੇ ਕੋਲੇ +75 ਤੁਸੀਂ ਸਕੋਰ ਬਣਾ ਸਕਦੇ ਹੋ ਠੀਕ ਹੈ ਇਹਦਾ ਬਹੁਤ ਅੱਛਾ ਐਡਵਾਂਟੇਜ ਤੁਹਾਡੇ ਕੋਲੇ ਹੋਏਗਾ ਕਿਸੇ ਵੀ ਸਟੂਡੈਂਟ ਨੇ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਨਹੀਂ ਹੋਣਾ ਹੁਣ ਮੈਂ ਤੁਹਾਨੂੰ ਦੱਸਦਾ कि लास्ट पांच स्टैप की करने हैं नंबर स्टैप एक कि जस्ट तुसी की करना है जिन्हें भी स्टूडेंट्स ने मैं वापस दसागा इंटैलीजेंट रिपीट करो रिविजन करो ठीक है और डेली तुम की करो डेली लगभग लगभग दो तीन तो तीन की लाने मॉक टेस्ट लाने हैं की लाने है, मॉक टेस्ट लाने हैं नंबर टू तीन की करना है ਆਪਣਾ ਖੁਦ ਦਾ ਗੋਲ ਬਣਾਓ ਕਿ ਜੇ ਤੁਹਾਡੇ ਟੈਸਟ ਦੇ ਵਿੱਚ ਘੱਟੋ-ਘੱਟ ਨੰਬਰ ਤੁਹਾਡੇ 40 ਬਣ ਰਹੇ ਹੈ ਕਿਉਂਕਿ ਅਸੀਂ ਜੋ ਟੈਸਟ ਰੱਖੇ ਹਨ ਅਸੀਂ ਤੁਹਾਡੇ ਮੋਡਰੇਟ ਲੈਵਲ ਦੇ ਰੱਖੇ ਆਸਾਨ ਨਹੀਂ ਹੈ ਅਗਰ ਇਹਦੇ ਵਿੱਚ ਤੁਹਾਡੇ 40 ਆ ਰਿਹਾ ਤਾਂ ਪੇਪਰ 'ਚ ਤੁਸੀਂ ਗਾਰੰਟੀ ਹੈ ਕਿ ਅੱਛਾ ਸਕੋਰ ਕਰਕੇ ਆਉਗੇ 10 ਪਲੱਸ ਨੰਬਰ ਮੰਨ ਲਓ ਠੀਕ ਹੈ ਅਰ ਦੂਸਰੀ ਬਲ ਉਸ ਤੋਂ ਇਲਾਵਾ ਹੈ ਕਿ ਜਿੰਨਾ ਵੀ ਪੈਂਡਿੰਗ ਸਿਲੇਬਸ ਹੈ ਜਿੰਨਾ ਵੀ ਤੁਹਾਡਾ ਪੈਂਡਿੰਗ ਹੈ ਤੁਹਾਡੀ ਤਰਫੋਂ ਪੈਂਡਿੰਗ ਹੈ ਤੁਸੀਂ ਕੋਈ ਬੁੱਕ ਪੜ੍ਹ ਰਹੇ ਹੋ ਕੋਈ ਮੈਗਜ਼ੀਨ ਪੜ ਰਹੇ ਹੋ ਤੁਸੀਂ ਆਨਲਾਈਨ ਤਿਆਰੀ ਕਰ ਰਹੇ ਹੋ ਤਾਂ ਮੇਰੇ ਦੋਸਤੋ ਇਸ ਨੂੰ ਲਗਭਗ ਤੁਸੀਂ ਇਹ ਸੋਚੋ ਵੀ ਤੁਸੀਂ ਘਟੋ-ਘਟ ਆਉਣ ਵਾਲੇ 2 ਤੋਂ 3 ਦਿਨਾਂ ਦੇ ਅੰਦਰ ਚਾਹੇ ਤੁਹਾਨੂੰ ਤੁਹਾਡੀਆਂ ਨਾਈਟ ਦੀਆਂ ਫੁੱਲ ਨਾਈਟ ਸ਼ਿਫਟਾਂ ਲਾਉਣੀਆਂ ਪੈਣ ਇਹਨੂੰ ਕਵਰ ਕਰੋ ਇਸ ਨੂੰ ਕਵਰ ਕਰੋ ਠੀਕ ਹੈ ਉਸ ਤੋਂ ਇਲਾਵਾ ਕੀ ਕਰਨਾ ਹੈ ਜਿੰਨੇ ਵੀ ਸਟੂਡੈਂਟਸ ਨੇ ਜਿਨ੍ਹਾਂ ਦਾ ਪੈਂਡਿੰਗ ਸਿਲੇਬਸ ਹੈ ਐਡਵਾਂਟੇਜ ਤੁਹਾਨੂੰ ਮੈਂ ਦੱਸ ਰਿਹਾ ਹਾਂ ਇਸ ਤੋਂ ਇਲਾਵਾ ਤੀਜਾ ਕੰਮ ਆਪਾਂ ਕੀ ਕਰਨਾ ਹੈ ਕਿ ਬਿਲਕੁਲ ਪੋਜੀਟਿਵ ਦੇਖੋ ਪੋਜੀਟਿਵ ਐਟੀਟਿਊਡ ਹੀ ਸਾਡਾ ਰਿਜ਼ਲਟ ਦਿੰਦਾ ਹੈ ਕਦੇ ਵੀ ਨੈਗੇਟਿਵ ਐਟੀਟਿਊਡ ਰਿਜ਼ਲਟ ਨਹੀਂ ਦੇਵੇਗਾ ਜੇ ਆਪਾਂ ਕੋਰਾ ਸੋਚੀ ਜਾਵਾਂਗੇ ਕਿ ਹਾਏ ਹੁਣ ਕੀ ਕਰੀਏ ਕੀ ਕਰੀਏ ਇਦਾਂ ਨਹੀਂ ਸੋਚਣਾ ਬਿਲਕੁਲ ਆਪਣੇ ਮੋਬਾਈਲ ਤੇ ਕਿਸੇ ਵੀ ਪ੍ਰਕਾਰ ਦੀ ਚੈਟ ਠੀਕ ਹੈ ਕਿਸੇ ਨਾਲ ਆਪਾਂ ਡੇਰ ਨਾਈਟ ਟਾਈਮ ਸਪੈਂਡ ਕਰਦੇ ਹਾਂ ਫੋਨ ਤੇ ਬੰਦ ਕਰੋ ਟਾਈਮ ਸਪੈਂਡ ਕਰਨਾ ਹੈ ਤਾਂ ਕਿਸੇ ਕਨਸੈਪਟ ਤੇ ਡਿਸਕਸ ਕਰੋ ਜੀਕੇ ਦੇ ਕੁਐਸਚਨ ਚੱਕ ਲੋ 100-100 ਤੁਸੀਂ ਚੱਕ ਲੋ 100-100 ਤੁਹਾਡੇ ਫਰੈਂਡ ਨੂੰ ਕਹਦੇ ਚੁੱਕ ਲੈ ਡਿਸਕਸ ਕਰੋ 댓 ਇਜ਼ ਦਾ ਬਿਗੇਸਟ ਥਿੰਗ ਟੂ ਲਰਨ ਆਪਾਂ ਇੱਕ ਦੂਸਰੇ ਤੋਂ ਸਿੱਖ ਸਕਦੇ ਹਾਂ ਠੀਕ ਹੈ ਉਸ ਤੋਂ ਇਲਾਵਾ ਅਗਰ ਤੁਸੀਂ ਆਪਣਾ ਕਿਤੇ ਵੀ ਕਿਸੇ ਵੀ ਪ੍ਰਾਈਵੇਟ ਸੈਕਸ਼ਨ 'ਚ ਕੰਮ ਕਰ ਰਹੇ ਹੋ ਤੁਸੀਂ ਉਹ ਇੱਕ ਇੰਟਰਸਟਿਡ ਹੋ ਕਿ ਮੈਂ ਗਵਰਨਮੈਂਟ ਜੌਬ 'ਚ ਜਾਣਾ ਆ ਤਾਂ ਤੁਹਾਡੇ ਕੋਲੇ ਬੈਸਟ ਤਰੀਕਾ ਹੋਏਗਾ ਕਿ 15 ਡੇਜ਼ ਦੀ ਲੀਵ ਲਾਓ ਔਰ ਆਪਣੇ ਕਨਸੈਪਟ ਤੇ ਫੋਕਸ ਕਰੋ ਕਿਉਂਕਿ ਜ਼ਿੰਦਗੀ 'ਚ ਮੌਕਾ ਦੁਬਾਰਾ ਮਿਲਣਾ ਬਹੁਤ ਮੁਸ਼ਕਲ ਹੈ ਹਾਲਾਂਕਿ ਦੇਖੋ ਇੱਕ ਚੀਜ਼ ਇਹ ਵੀ ਪੋਜੀਟਿਵ ਤਰੀਕੇ ਨਾਲ ਗੱਲ ਕਰਾਂਗਾ ਕਿ ਪਟਵਾਰੀ ਦੀਆਂ ਪੋਸਟਾਂ ਸਾਡੀਆਂ ਫਿਕਸ ਹੋ ਚੁੱਕੀਆਂ ਆ ਰਹੀਆਂ ਬਟ ਆਪਣੇ ਕੋਲੇ ਇਥੋਂ ਪਟਵਾਰੀ ਤੱਕ ਨਾ ਜਾਓ ਕਿਉਂਕਿ ਰੀਜ਼ਨ ਇਹ ਹੈ ਕਿ ਜਿਹੜੇ ਕੈਂਡੀਡੇਟ ਇੱਥੇ ਸਿਲੈਕਸ਼ਨ ਕਰਵਾਏਗਾ ਜਿਹੜਾ ਕਲੈਰੀਕਲ ਚ ਪੇਪਰ ਨੂੰ ਅੱਛਾ ਕਰੇਗਾ ਉਹ ਕੈਂਡੀਡੇਟ ਪਟਵਾਰੀ ਵੀ 100% ਪਰੇਗਾ ਇਹ ਚੀਜ਼ ਤੁਸੀਂ ਯਾਦ ਰੱਖ ਲਓ ਜਿਹਨੇ ਜੇਈ ਦਾ ਪੇਪਰ ਦੇਣਾ ਉਹ ਕਲਰਕ ਦਾ ਪੇਪਰ ਵੀ ਦੇਵੇਗਾ ਕਿਉਂਕਿ ਉਸਨੇ ਉੱਥੇ ਵੀ ਆਉਣਾ ਹੈ ਕਿਉਂਕਿ ਜੇਈ ਅਗਰ ਅੱਛਾ ਕਰਕੇ ਜਾ ਰਿਹਾ ਤਾਂ ਕਲਰਕ ਵੀ ਅੱਛਾ ਕਰਕੇ ਜਾਏਗਾ ਇਹ ਸਟੂਡੈਂਟ ਇਦਾਂ ਨਹੀਂ ਕਿ ਜਿਹੜੇ ਨੇ ਠੀਕ ਹੈ ਵੀ ਪੀਐਸਪੀਸੀਐਲ ਚ ਕੰਪੀਟੀਸ਼ਨ ਚੋਂ ਨਿਕਲ ਗਿਆ ਉਹ ਨਹੀਂ ਕਰਨਾ ਕਿਉਂਕਿ ਹੁਣ ਤੁਸੀਂ ਦੇਖੋਗੇ ਇਹ ਹੀ ਚੀਜ਼ਾਂ ਕੰਪੀਟੀਸ਼ਨ ਨੂੰ ਵਧਾਉਂਦੀਆਂ ਹਨ ਠੀਕ ਹੈ ਨਾ ਇਸ ਤੋਂ ਇਲਾਵਾ ਕੀ ਕਰਨਾ ਹੈ ਨੰਬਰ 4 ਤੇ ਡੇਲੀ ਰੁਟੀਨ ਦੇ ਵਿੱਚ ਡੇਲੀ ਰੁਟੀਨ ਦੇ ਵਿੱਚ ਤੁਸੀਂ ਕੀ ਕਰਨਾ ਹੈ ਘਟੋ ਘਟ ਤੁਹਾਡੀ 7 ਤੋਂ ਲੈ ਕੇ 8 ਘੰਟੇ ਤੁਹਾਡੀ ਸਟੱਡੀ ਹੋਣੀ ਚਾਹੀਦੀ ਹੈ ਡੇਲੀ ਰੁਟੀਨ ਦੇ ਵਿੱਚ ਠੀਕ ਹੈ ਇਹ ਸਾਡਾ ਲਾਸਟ ਜੋ ਟਾਈਮ ਹੈ ਨਾ ਇਹ ਸਭ ਤੋਂ ਇੰਪੋਰਟੈਂਟ ਔਰ ਕ੍ਰੂਸ਼ਲ ਟਾਈਮ ਹੋਏਗਾ ਆਪਣੇ ਦਮ ਤੇ ਕਰਨਾ ਸਿੱਖੋ ਜੋ ਕੁਝ ਕਰਨਾ ਹੈ ਇਸ ਤੋਂ ਇਲਾਵਾ ਕੁਝ ਨਹੀਂ ਹੈ ਜਿੰਦਗੀ 'ਚ ਇਹੇ ਚੀਜ਼ ਅਗਰ ਸੋਚੀਏ ਫਾਰਮ ਭਰਿਆ ਹੈ ਤੁਹਾਡੇ ਆਪਣੇ ਹੀ ਸਵਾਲ ਜ਼ਰੂਰ ਖੜੇ ਕਰਨਗੇ ਜੇ ਆਪਾਂ ਇਸ ਪੇਪਰ 'ਚੋਂ ਵੀ ਕੁਆਲੀਫਾਈ ਨਹੀਂ ਕਰ ਨਿਕਲਦੇ ਠੀਕ ਹੈ ਪੇਪਰ ਦੀ ਆਸਾਨੀ ਕੀ ਹੈ ਸਿੰਪਲ ਇੱਕ ਪੇਪਰ ਹੋਣਾ ਕੋਈ ਟਾਈਪਿੰਗ ਨਹੀਂ ਹੈ ਪ੍ਰੈਸ਼ਰ ਨਹੀਂ ਹੈ ਕੋਈ ਇੰਟਰੋ ਨਹੀਂ ਹੈ ਸਿੰਪਲ ਪੇਪਰ ਕੁਆਲੀਫਾਈ ਸਾਡਾ ਸਿਲੈਕਸ਼ਨ ਡਨ ਠੀਕ ਹੈ ਜੀ ਹਾਲਾਂਕਿ ਦੇਖੋ ਜੁਆਇਨਿੰਗ ਨਹੀਂ ਜੁਆਇਨਿੰਗ ਉਕ ਬਾਅਦ ਦਾ ਕੀ ਸਾਇ ਹੈ ਜੋ ਵੀ ਚੀਜ਼ਾਂ ਕਿੰਤੂ ਪਰੰਤੂ ਯਥਾਵਤ ਸਭ ਛੱਡੋ ਸਿਰਫ ਫੋਕਸ ਆਪਣਾ ਹੋਣਾ ਚਾਹੀਦਾ ਠੀਕ ਹੈ ਇਸ ਤੋਂ ਇਲਾਵਾ ਕੀ ਕਰਨਾ ਹੈ ਕੀ ਤੁਹਾਨੂੰ ਮਟੀਰੀਅਲ ਫਿਰ ਵੀ ਦੱਸਤਾ ਹਾਂ ਮੈਂ ਵਾਪਸ ਤੋਂ ਰਿਪੀਟ ਕਰ ਦਾਂਗਾ ਜੀਕੇ ਦੇ ਵਿੱਚ ਤੁਸੀਂ ਮੈਕਸਿਮਮ ਤੋਂ ਮੈਕਸਿਮਮ ਕੀ ਕਰਨਾ ਹੈ ਠੀਕ ਹੈ ਇੱਕ ਤਾਂ ਕਨਸਟੀਟਿਊਸ਼ਨ ਰਿਪੀਟ ਕਰੋ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਹੈ ਠੀਕ ਹੈ ਇੱਕ ਪਾਲਿਟੀ ਦੇ ਪਾਲਿਟੀ ਦੇ ਕੁਐਸਚਨਸ ਰਿਪੀਟ ਕਰ ਲਓ ਨੰਬਰ 3 ਜਿੰਨੇ ਵੀ ਅਵਾਰਡਸ ਹੈ ਠੀਕ ਹੈ ਅਵਾਰਡਸ ਹੋਏ ਹੈ ਵੀ ਪੁਲਿਟਜ਼ਰ ਅਵਾਰਡ ਕਿਹਨੂੰ ਮਿਲਿਆ ਨੋਬਲ ਪ੍ਰਾਈਜ਼ਸ ਹੋ ਗਏ ਹਨ ਰਮਨ ਮੈਗਨੇਸਿਸ ਅਵਾਰਡ ਹੋ ਗਏ ਹਨ ਫਿਲਮ ਫਿਰ ਅਵਾਰਡ ਹੋ ਗਏ ਹਨ ਠੀਕ ਹੈ ਜਾਂ ਜਿੰਨੇ ਵੀ ਆਪਾਂ ਕਹਿ ਸਕੀਏ ਆਸਟ੍ਰੇਲੀਆ ਓਪਨ ਹੈ ਗ੍ਰੈਂਡ ਸਲੇਮ ਹੈ ਫ੍ਰੈਂਚ ਓਪਨ ਹੈ ਠੀਕ ਹੈ ਵਿਮਲਡਨ ਓਪਨ ਹੈ ਇਹ ਇਹਨਾਂ ਦੇ ਬਾਰੇ ਹੋ ਗਿਆ ਨੰਬਰ 4 ਆਪਾਂ ਗੱਲ ਕਰੀਏ ਚਾਹੇ ਉਹ ਸਾਡੇ ਆਪਣੀ ਕੰਟਰੀ ਤੋਂ ਨੈਸ਼ਨਲ ਅਵਾਰਡ ਵੀਨਰ ਕੌਣ ਨੇ ਠੀਕ ਹੈ ਜਿਨ੍ਹਾਂ ਨੂੰ ਕਿ ਜਿੱਦਾਂ ਕਿ ਆਪਾਂ ਕਹਿ ਸਕਦੇ ਹਾਂ ਅਰਜੁਨ ਅਵਾਰਡ ਕੀੜੇ ਨੇ ਭਾਰਤ ਰਤਨ ਕਿਹਨੂ-ਕਿਹਨੂ ਮਿਲਿਆ ਰਾਈਟ ਇਸ ਤੋਂ ਇਲਾਵਾ ਅਬੌਟਚਰੀ ਹੈ ਨੰਬਰ 5 ਦੇ ਵਿੱਚ ਅਪੁਆਇੰਟਮੈਂਟ ਗੱਲ ਕਰੀਏ ਅਪੁਆਇੰਟਮੈਂਟ ਬਹੁਤ ਇੰਪੋਰਟੈਂਟ ਹੈ ਚਾਹੇ ਉਹ ਕਿਸੇ ਵੀ ਅਪੁਆਇੰਟਮੈਂਟ ਕਿਸੇ ਵੀ ਕੰਟਰੀ ਦਾ ਲੇਟ ਇਸ ਤੋਂ ਇਲਾਵਾ ਜਿਵੇਂ ਆਪਾਂ ਗੱਲ ਕਰੀਏ ਵੀ ਕੋਈ ਵੀ ਕੈਬਿਨੇਟ ਦੇ ਵਿੱਚ ਗਿਆ ਹੈ ਇਸ ਤੋਂ ਇਲਾਵਾ ਨੰਬਰ 6 ਦੇ ਵਿੱਚ ਇਲੈਕਸ਼ਨ ਜੋ ਕਿ ਇਲੈਕਸ਼ਨ ਸਟੇਟ ਸਿਲੈਕਸ਼ਨ ਹੋਏ ਹਨ ਹਰਿਆਣਾ ਦੇ ਵਿੱਚ ਹੈ ਠੀਕ ਹੈ ਇਸ ਤੋਂ ਇਲਾਵਾ ਜੇ ਮਹਾਰਾਸ਼ਟਰ ਹੋਇਆ ਹੈ ਇਸ ਤੋਂ ਇਲਾਵਾ ਆਪਾਂ ਕਰ ਲਈਏ ਝਾਰਖੰਡ ਦਾ ਇਲੈਕਸ਼ਨ ਹੋ ਰਿਹਾ ਹੈ ਠੀਕ ਹੈ ਇਸ ਤੋਂ ਇਲਾਵਾ 22 ਇਲੈਕਸ਼ਨਸ ਹੋਏ ਨੇ ਇਹ ਬਹੁਤ ਇੰਪੋਰਟੈਂਟ ਹੈ ਯਾਰ ਠੀਕ ਹੈ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਕਿ ਹਲਕੀਆਂ-ਫੁਲਕੀਆਂ ਤੁਸੀਂ ਫੇਮਸ ਪਲੇਸਸ ਯਾਦ ਕਰਨੇ ਆ ਫੇਮਸ ਜਗ੍ਹਾ ਫੇਮਸ ਜਗ੍ਹਾ ਦੇ ਵਿੱਚ ਆ ਜਾਂਦਾ ਹੈ ਕਿ ਟੈਂਪਲ ਹੋ ਗਿਆ ਠੀਕ ਹੈ ਆਪਾਂ ਗੱਲ ਕਰੀਏ ਰਿਵਰ ਹੋ ਗਿਆ ਜਾਂ ਕੁਝ ਸਟੈਚੂ ਵਗੈਰਾ ਬਣਿਆ ਠੀਕ ਹੈ ਜਾਂ ਆਪਾਂ ਗੱਲ ਕਰੀਏ ਕਿ ਕਿਸੇ ਰੋਡ ਦਾ ਨਵੀਨੀਕਰਨ ਹੋਇਆ ਇਹ ਸਾਰੇ ਕਨਸੈਪਟ ਬਹੁਤ ਇੰਪੋਰਟੈਂਟ ਨੇ ਠੀਕ ਹੈ ਇਸ ਤੋਂ ਇਲਾਵਾ ਨੰਬਰ 7 ਦੇ ਵਿੱਚ ਕੀ ਕਨਸੈਪਟ ਆ ਜਾਂਦਾ ਹੈ 7 ਦੇ ਵਿੱਚ ਹੈ ਕਿ ਨਵੇਂ ਬਿਲ ਅਮੈਂਡਮੈਂਟ ਹੋਏ ਨੇ ਠੀਕ ਹੈ ਕੋਈ ਵੀ ਜਿਵੇਂ ਪਿੱਛੇ ਲਾ ਬਣਿਆ ਉਹਦੇ ਬਾਰੇ ਸਾਨੂੰ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਨੰਬਰ 8 ਹੈ ਨਿਊ ਕੈਬਿਨੇਟ ਇਲੈਕਸ਼ਨ ਆਫ ਪੀਐਮ ਇਨ ਇੰਡੀਆ ਠੀਕ ਹੈ ਕਿਹੜਾ ਸਾਡੇ ਕੋਲ ਇਲੈਕਸ਼ਨ ਹੋਇਆ ਫਿਰ ਉਹਦੇ ਵਿੱਚੋਂ ਪੀਐਮ ਨਰਿੰਦਰ ਮੋਦੀ ਸਾਹਿਬ ਬਣੇ ਨੇ ਉਹਨਾਂ ਦੀ ਕਨਸਟੀਟੂਐਂਸੀ ਕਿਹੜੀ ਹੈ ਫਿਰ ਉਸ ਤੋਂ ਇਲਾਵਾ ਹਾਈਐਸਟ ਵੋਟਾਂ ਨਾਲ ਕੌਣ ਜਿੱਤੇ ਹੈ ਘੱਟ ਵੋਟਾਂ ਨਾਲ ਕੌਣ ਜਿੱਤੇ ਹੈ ਕਿੰਨੀਆਂ ਟੋਟਲ ਸੀਟਾਂ ਨੇ ਕਿਹੜੀ-ਕਿਹੜੀ ਕਿਹੜੀ-ਕਿਹੜੀ ਪਾਰਟੀ ਨਾਲ ਅਲਾਈਐਂਸਸ ਹੈ ਇਹ ਸਾਰੇ ਪੁਆਇੰਟ ਨੇ ਇਹ ਸਰਚ ਕਰੋ ਜੇ ਤੁਹਾਨੂੰ ਨਹੀਂ ਮਿਲਦੇ Google ਕਰੋ ਕਰੋ ਬਸ ਫਾਈਨਲ ਹੈ ਇਹ ਠੀਕ ਹੈ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਨੌ ਨੰਬਰ ਦੇ ਅੰਦਰ ਕਰੰਟ ਦਾ ਡੇਲੀ ਤੁਹਾਨੂੰ ਕਲਾਸਿਸ ਦਿੱਤੀਆਂ ਜਾ ਰਹੀ ਨੰਬਰ 10 ਦੇ ਵਿੱਚ ਰੀਜਨਿੰਗ ਦੇ ਵਿੱਚ ਕਿਸੇ ਵੀ ਸਟੂਡੈਂਟ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਸਾਰੇ ਸਟੂਡੈਂਟਸ ਕਮੈਂਟ ਬਾਕਸ ਚ ਦੱਸੋ ਸਭ ਤੋਂ ਡਨ ਹੈ ਕਲੀਅਰ ਹੈ ਬਟ ਇਨ ਫੈਕਟ ਜਿਹੜੀ ਸਿਟਿੰਗ ਅਰੇਂਜਮੈਂਟ ਹੈ ਸਿਟਿੰਗ ਅਰੇਂਜਮੈਂਟ ਦੇ ਕੁਐਸਚਨ ਜ਼ਰੂਰ ਕਰਨੇ ਆ ਸਿਟਿੰਗ ਅਰੇਂਜਮੈਂਟ ਤੇ ਇੱਕ ਤਾਂ ਏਦਾਂ ਦੀ ਸਟੈਂਡਿੰਗ ਹੁੰਦੇ ਬਿਲਡਿੰਗ ਦੇ ਵਿੱਚ ਇੰਨੇ ਪਰਸਨ ਰਹਿੰਦੇ ਆ ਇੱਕ ਹੁੰਦਾ ਕਿ ਲੈਫਟ ਹੈਂਡ ਰਾਈਟ ਸਿਟਿੰਗ ਕਰ ਰਹੇ ਨੇ ਇਹ ਵਾਲੇ ਕੁਐਸਚਨ ਹੈ ਠੀਕ ਹੈ ਔਰ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਾਂ ਕਿ ਸਲੋਗ ਦੇ ਕੁਐਸਚਨ ਵੀ ਇੰਪੋਰਟੈਂਟ ਹੋਣਗੇ ਤੁਹਾਡੇ ਲਈ ਇਹ ਵੀ ਪੜ ਲਓ ਪਲੀਜ਼ ਇੰ ਹੁਣ ਆਪਾਂ ਡਿਸਕਸ ਕਰਦੇ ਆਂ ਨੈਕਸਟ ਆਪਣੇ ਕੋਲੇ ਪੁਆਇੰਟ ਆ ਜਾਂਦਾ ਹੈ ਮੈਥਮੈਟਿਕਸ ਮੈਥਮੈਟਿਕਸ ਬਾਰੇ ਕੀ ਕਰਨਾ ਹੈ ਮੈਥਮੈਟਿਕਸ ਬਾਰੇ ਤੁਸੀਂ ਕੀ ਕਰਨਾ ਜਿੰਨਾ ਵੀ ਹੋ ਸਕਦਾ ਹੈ ਕੁਐਸਚਨਸ ਦੇ ਪ੍ਰੈਕਟਿਸ ਕਰੋ ਪ੍ਰੈਕਟਿਸ ਤੁਸੀਂ ਲੈ ਕੇ ਬੈਠੋਗੇ ਔਰ ਇਹਦੀ ਬੈਟਰੀ ਹੋਏਗਾ ਕਿ ਵੀਡੀਓ ਸੈਸ਼ਨ ਦੇਖੋ ਵੀਡੀਓ ਸੈਸ਼ਨ ਦੇਖੋ ਔਰ ਉਹ ਟ੍ਰਿਕ ਸਿੱਖੋ ਜਿੰਨੀਆਂ ਵੀ ਮੈਂ ਤੁਹਾਨੂੰ ਟ੍ਰਿਕਸ ਸਿਖਾ ਰਿਹਾ ਮੈਂ ਇੱਕ ਇੱਕ ਕੁਐਸਚਨ ਦੇ ਦੋ ਦੋ ਤਿੰਨ ਤਿੰਨ ਤਰੀਕੇ ਦੱਸੇ ਨੇ ਹਾਲਾਂਕਿ ਕਈਆਂ ਕੁਐਸਚਨਾਂ 'ਚ ਚਾਰ ਚਾਰ ਤਰੀਕੇ ਦੱਸੇ ਨੇ ਤੁਸੀਂ ਕੋਈ ਇੱਕ ਤਾਂ ਦਿਮਾਗ 'ਚ ਬਿਠਾਉਂਗੇ ਔਰ ਮੈਂ ਤੁਹਾਨੂੰ ਯਕੀਨੀ ਬਣਾਉਣਾ ਸੀ ਬਾਰ-ਬਾਰ ਗੱਲ ਕਹੀ ਸੀ ਕਿ ਮੈਂ ਪਿਛਲੇ ਸਾਲਾਂ ਦੇ ਪ੍ਰਸ਼ਨਾਂ ਕੁਐਸਚਨ ਸੈਟ ਕਰਵਾਵਾਂਗਾ ਜਿਹੜੇ ਪੰਜਾਬ ਗਵਰਨਮੈਂਟ ਦੇ ਪੇਪਰਾਂ 'ਚ ਆਏ ਹੋਏ ਐ ਠੀਕ ਐ ਇਹ ਚੀਜ਼ਾਂ ਬਹੁਤ ਤੌਰ ਤੇ ਐ ਕਿਉਂਕਿ ਮੈਂ ਤੁਹਾਨੂੰ ਇਹ ਨਹੀਂ ਕਹਾਂਗਾ ਪਰਸੈਂਟੇਜ ਕਰ ਲਓ ਕਿਉਂਕਿ ਸਭ ਤੋਂ ਮਿਕਸ ਹੀ ਆਏਗਾ ਠੀਕ ਐ ਇਸ ਤੋਂ ਇਲਾਵਾ ਮੈਂ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਕੰਪਿਊਟਰ ਦੀ ਕੰਪਿਊਟਰ ਦੇ ਬਾਰੇ ਸੀ ਕੁਐਸਚਨ ਸੈਟ ਅਪਲੋਡ ਕਰਦੇ ਹਾਂ ਸਾਡੀਆਂ ਆਲਰੇਡੀ 2000 ਐਮਸੀਕਿਊ ਕੰਪਿਊਟਰ ਦੇ ਸੀ ਕਰਵਾ ਚੁੱਕਿਆ ਕੁਝ ਲਗਭਗ ਸਾਡੇ ਮੈਂ ਕਹਿ ਸਕਦਾ 56 ਤੋਂ ਲੈ ਕੇ 60 ਐਪੀਸ 올모스트 ਉਸ ਤੋਂ ਪੁਰਾਣੇ ਵੀ ਸਾਡੇ ਐਪੀਸੋਡ ਨੇ ਪਲੀਜ਼ ਤੁਸੀਂ ਉਹਨਾਂ ਨੂੰ ਵੀ ਦੇਖ ਸਕਦੇ ਹੋ ਜਿਨ੍ਹਾਂ ਦੀ ਲਿੰਕਸ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਣਗੇ ਠੀਕ ਹੈ ਜੀ ਇਸ ਤੋਂ ਇਲਾਵਾ ਤੁਹਾਡੇ ਕੋਲੇ ਕੋਈ ਵੀ ਬੁੱਕ ਹੈ ਤਾਂ ਪਲੀਜ਼ ਤੁਸੀਂ ਬੁੱਕ ਪੜ੍ਹ ਸਕਦੇ ਹੋ ਬੁੱਕ ਤੁਹਾਡੇ ਕੋਲੇ ਕਿਰਨ ਪਬਲਿਕੇਸ਼ਨ ਦੀ ਹੋਏਗੀ ਔਰ ਜਿਨਨੇ ਵੀ ਸਟੂਡੈਂਟ ਜਿਨ੍ਹਾਂ ਕੋਲੇ ਮੌਕ ਟੈਸਟ ਸੀਰੀਜ਼ ਹੈ ਤੁਹਾਨੂੰ ਅਸੀਂ ਬੈਸਟ ਐਮਸੀਕਿਊ ਦੇ ਰਹੇ ਹਾਂ ਇਸ ਤੋਂ ਇਲਾਵਾ ਸੁਪਰ ਕੋਈ ਚੀਜ਼ ਹੋ ਹੀ ਨਹੀਂ ਸਕਦੀ ਦੋਸਤੋ ਠੀਕ ਹੈ ਸਾਡਾ ਇਹੀ ਪ੍ਰਯਾਸ ਸੀਗਾ ਕਿ ਤੁਹਾਨੂੰ ਮਟੀਰੀਅਲ ਅਸੀਂ ਟਾਈਮ ਟੂ ਟਾਈਮ ਰੈਗੂਲਰਲੀ ਅਪਲੋਡ ਕਰਕੇ ਦੇ ਦਈਏ ਠੀਕ ਹੈ ਅੰਤ ਵਿੱਚ ਆਪਾਂ ਡਿਸਕਸ ਕਰਾਂਗੇ ਇੰਗਲਿਸ਼ ਦੇ ਬਾਰੇ ਇੰਗਲਿਸ਼ ਵੀ ਬਹੁਤ ਇੰਪੋਰਟੈਂਟ ਹੈ ਇੰਗਲਿਸ਼ ਬਾਰੇ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ ਜਿੱਥੋਂ ਵੀ ਹੋ ਸਕਦਾ ਹੈ ਇਲਿਊਸ਼ਨ ਦੀ ਬੁੱਕ ਨੂੰ ਰਿਪੀਟ ਕਰੋ ਠੀਕ ਹੈ ਇਲਿਊਸ਼ਨ ਦੀ ਬੁੱਕ ਰਿਪੀਟ ਕਰੋ ਇੰਪੋਰਟੈਂਟ ਹੈ ਜਾਂ ਇੱਕ ਪਲੈਂਥ ਹੁੰਦੀ ਹੈ ਤੁਹਾਡੇ ਕੋਲੇ ਪੈਰਾਮਾਉਂਡ ਦੀ ਬੁੱਕ ਉਹਨੂੰ ਰਿਪੀਟ ਕਰ ਲਓ ਇਹਨਾਂ ਚੀਜ਼ਾਂ ਤੋਂ ਤੁਹਾਡਾ ਬੇਸ ਬਣੇਗਾ ਤਰੀਕਾ ਬਣੇਗਾ ਕਿਉਂਕਿ ਲਾਸਟ ਆਪਣੇ ਕੋਲੇ ਸੋਚਣ ਅਤੇ ਸਮਝਣ ਲਈ ਟਾਈਮ ਹੈ ਅੰਤ 'ਚ ਮੈਂ ਕਹੂੰਗਾ ਕਿ మేਕ ਔਨ ਯੋਰ ਗੋਲ మేਕ ਔਨ ਯੋਰ ਗੋਲ ਮੇਰੇ ਪਿਆਰੇ ਦੋਸਤੋ ਇਹ ਸਭ ਤੋਂ ਇੰਪੋਰਟੈਂਟ ਹੈ ਆਪਣਾ ਕਿ ਅਸੀਂ ਜੌਬ ਲੈਣੀ ਹੈ ਤਾਂ ਫਿਰ ਠੀਕ ਹੈ ਇਹਦੇ ਲਈ ਜਾਓ ਅਗਰ ਨਹੀਂ ਲੈਣੀ ਤਾਂ ਕੁਇਟ ਦੈਟਸ ਫਾਈਨਲ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਕਿੰਤੂ ਪਰੰਤੂ ਨਹੀਂ ਹੈ ਠੀਕ ਹੈ ਸਟੱਡੀ ਕਰਨੀ ਹੈ ਇੱਕ ਫੋਕਸ ਕਰਕੇ ਕਰੋ ਔਰ ਮੌਕ ਟੈਸਟ ਸੀਰੀਜ਼ ਲਾਓ ਟਾਰਗੇਟ ਬਣਾਓ ਜੇ ਤੁਹਾਡੇ ਮੌਕ ਟੈਸਟ 'ਚ 40 ਨੰਬਰ ਆ ਰਹੇ ਅਗਲੇ 'ਚ ਤੁਸੀਂ ਕੋਸ਼ਿਸ਼ ਕਰੋ 50 ਬਣਾਉਣੇ ਆ ਅਗਲੇ 'ਚ 60 ਬਣਾਉਣੇ ਅਗਲੇ 70 ਬਣਾਉਣੇ ਆ ਇਹ ਚੀਜ਼ਾਂ ਤੁਹਾਡੇ ਅੰਦਰ ਹੋਣੀਆਂ ਚਾਹੀਦੀਆਂ ਠੀਕ ਹੈ ਤਾਂ ਮੈਂ ਮਿਲਾਂਗਾ ਫਿਰ ਤੁਹਾਨੂੰ ਐਪੀਸੋਡ 'ਚ ਤਦ ਤੱਕ ਖਿਆਲ ਰੱਖੋ ਟੇਕ ਕੇਅਰ ਬਾਏ ਬਾਏ ਐਂਡ ਗੁੱਡ ਲੱਕ ਐਂਡ ਮੈਂ ਤੁਹਾਨੂੰ ਬਾਰ-ਬਾਰ ਕਹਾਂਗਾ कि जिस ਦਾ ਪੋਜੀਟਿਵ ਅੰਦਾਜ਼ ਹੋਏਗਾ ਸਿਲੈਕਸ਼ਨ ਉਸੇ ਦਾ ਹੋਏਗਾ ਜੋ ਨੈਗੇਟਿਵ ਆਪਣਾ ਟਾਈਮ ਵੇਸਟ ਕਰੇਗਾ ਸਿਲੈਕਸ਼ਨ ਕਦੀ ਨਹੀਂ ਹੋਏਗਾ ਇਹ ਚੀਜ਼ ਦਾ ਜ਼ਰੂਰ ਖਿਆਲ ਰੱਖਣਾ ਟੇਕ ਕੇਅਰ ਬਾਏ ਬਾਏ